किसान भरावो सत श्री अकाल। ये तुसी गंडोआ खाद देख रहे हो जी। तो गंडोआ खाद नू प्रॉपर तरीके ना किवें वरतना, इहदे विच आपां की कुछ मिक्स कर सकते हैं, क्योंकि गर्म भी हुंदी आ। आ हुण असीं गट्टियां दे विचों कढ़ी है, कल लियांदी सीगी, गर्म भी हैगी, गरमैश भी हुंदी है, क्योंकि आपदे आप नू डीकंपोज करदी रहिंदी है। इहदे विच माइक्रोबियल एक्टिविटी लगातार ਵੱਧਦੀਆਂ ਰਹਿੰਦੀਆਂ, ਪਰ ਜਦੋਂ ਜ਼ਮੀਨ ਦੇ ਵਿੱਚ ਚਲੀ ਜਾਂਦੀ ਹੈ ਤਾਂ ਇਸ ਦੇ ਵਿੱਚ ਜਿਹੜੀ ਛੁਪੀ ਹੋਈ ਖੁਰਾਕ ਹੈ ਉਹ ਮੋਇਸਚਰ ਦੇ ਨਾਲ ਜਦੋਂ ਬੂਟਿਆਂ ਨੂੰ ਮਿਲਣੀ ਸ਼ੁਰੂ ਹੁੰਦੀ ਹੈ ਤਾਂ ਉਹਦੇ ਵਿੱਚ ਹਰਾਪਣ ਵੱਧਦਾ, ਬੂਟਿਆਂ ਦੇ ਵਿੱਚ ਪੱਤਿਆਂ ਦੀ ਚੌੜਾਈ ਮਟਾਈ ਚਮਕਾ ਜਿਹੜੀ ਉਹ ਵੱਧਦੀ ਹੈਗੀ ਹੈ, ਜਿਹਦੇ ਕਰਕੇ ਬੂਟੇ ਦਾ ਰੋਗ ਪ੍ਰਤੀਰੋਧ ਸ਼ਮਤਾ ਜਿਹੜੀ ਆ ਉਹ ਜ਼ਿਆਦਾ ਹੋ ਜਾਂਦੀ ਹੈ। ਪਰ ਇਹਦੇ ਵਿੱਚ ਆਪਾਂ ਟ੍ਰਾਈਕੋਡਰਮਾ ਨੂੰ ਕਿਵੇਂ ਮਲਟੀਪਲਾਈ ਕਰਨਾ, ਨਰਮੇ ਦੀ ਫਸਲ ਦੇ ਲਈ ਇਹ ਵੀਡੀਓ ਬਣ ਰਹੀ ਹੈ। ਵੈਸੇ ਆਪਾਂ ਹਲਦੀ ਦੇ ਵਿੱਚ ਵੀ ਯੂਜ਼ ਕਰ ਰਹੇ ਹਾਂ ਅਤੇ ਇਹਨੂੰ ਝੋਨੇ ਦੇ ਵਿੱਚ ਵੀ ਯੂਜ਼ ਕਰਾਂਗੇ। ਇਹਦੇ ਕਿੰਨਾ ਕੁ ਵਰਤਣਾ ਚਾਹੀਦਾ ਆਪਣੇ ਆਪਣੇ ਖੇਤਾਂ ਦੀ, ਆਪਾਂ ਨੂੰ ਉਹਦੀ ਤਾਕਤ ਬਾਰੇ ਪਤਾ ਹੋਣਾ ਚਾਹੀਦਾ ਕਿ ਆਪਣੀ ਔਰਗੈਨਿਕ ਕਾਰਬਨ ਕਿੰਨੀ ਹੈ। ਮੇਰੇ ਖੇਤ ਦੀ 0.8 ਹੈ, 0.9 ਵੀ ਹੈ, 0.5 ਵੀ ਹੈ, ਨਵੇਂ ਖੇਤ ਵਾਲੀ 0.5 ਆ, ਪਰ ਕਾਫੀ ਖੇਤਾਂ ਦੀ ਜਿਹੜੀ ਹੈ 0.4 ਤੋਂ ਘੱਟ ਹੁੰਦੀ ਹੈ। ਠੀਕ ਹੈ, ਕਿਉਂਕਿ ਆਪਾਂ ਨਾ ਨਰਮੇ ਦੀਆਂ ਛੱਟੀਆਂ ਵਿੱਚ ਵਾਹੁਣੀਆਂ, ਨਾ ਕਣਕ ਦਾ ਕੂਟਲ ਵਿੱਚ ਵਾਹੁਣਾ, ਅਤੇ ਨਾ ਹੀ ਆਪਾਂ ਝੋਨੇ ਦੀ ਪਰਾਲੀ ਵਿੱਚ ਵਾਹੁਣੀ ਹੈ। ਸਾਰਾ ਸਿਸਟਮ ਬਾਹਰ 'ਤੇ ਜਾਂ ਅੱਗ ਲੱਗਦੀ ਹੈ, ਇਹਦੇ ਕਰਕੇ ਆਪਣੀ ਔਰਗੈਨਿਕ ਕਾਰਬਨ ਘੱਟਦੀ ਹੈ। ਜੇ ਆਪਾਂ ਕੋਈ ਜੈਵਿਕ ਪ੍ਰੋਡਕਟ ਵਰਤਦੇ ਹਾਂ ਉਹਦਾ ਰਿਜ਼ਲਟ ਪ੍ਰੋਪਰ ਤਰੀਕੇ ਨਾਲ ਆ ਹੀ ਨਹੀਂ ਸਕਦਾ, ਕਿਸੇ ਵੀ ਪ੍ਰੋਬਾਇਓਟਿਕ ਦਾ ਰਿਜ਼ਲਟ ਨਹੀਂ ਆ ਸਕਦਾ, ਕਿਸੇ ਵੀ ਬਾਇਓਲੋਜੀਕਲ ਫੰਗੀਸਾਈਡ ਦਾ, ਬਾਇਓਲੋਜੀਕਲ ਕਿਸੇ ਵੀ ਏਜੰਟ ਦਾ ਕੰਮ ਜਿਹੜਾ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦਾ। ਪਰ ਜੜ੍ਹਾਂ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਜਿਹੜਾ ਟ੍ਰਾਈਕੋਡਰਮਾ ਜਿਹੜਾ ਆਮ ਆਉਂਦਾ, ਲਿਕਡ ਵੀ ਆਉਂਦਾ, ਪਾਊਡਰ ਵੀ ਆਉਂਦਾ, ਪਰ ਮੈਂ ਪਾਊਡਰ ਬਹੁਤ ਘੱਟ ਯੂਜ਼ ਕਰਕੇ ਖੁਸ਼ ਹਾਂ, ਕਿਉਂਕਿ ਉਹਦੇ ਵਿੱਚ ਟੈਲਕਮ ਪਾਊਡਰ ਹੁੰਦਾ ਜਿਹਦੇ ਕਰਕੇ ਜੜ੍ਹਾਂ ਦੀ ਮੋਟਾਈ ਵੱਧ ਜਾਂਦੀ ਹੈ। ਇਹ ਯੂਜ਼ ਕਰ ਰਹੇ ਹਾਂ, ਮੈਂ ਕਿਸੇ ਬ੍ਰਾਂਡ ਨੂੰ ਇਸ ਸਮੇਂ ਪ੍ਰਮੋਟ ਨਹੀਂ ਕਰ ਰਿਹਾ ਹੈਗਾ, ਪਰ ਟ੍ਰਾਈਕੋਡਰਮਾ ਵਿਰਡੀ ਲਓ, ਹਰਜੀਅਮ ਲਓ, ਜੋ ਮਰਜ਼ੀ ਲਓ, ਇਹਨੂੰ ਮਲਟੀਪਲਾਈ ਕਰਨ ਦਾ ਤਰੀਕਾ ਤੁਹਾਨੂੰ ਦੱਸ ਰਿਹਾ ਸਿੰਪਲ, ਕਿ ਇਹਦੇ ਵਿੱਚ ਪਾਈਆ ਗੁੜ ਘੋਲਿਆ ਹੋਇਆ ਜੀ, ਪਾਈਆ ਗੁੜ ਸ਼ਾਮੀ ਕੁੱਟ ਕੇ ਘੋਲਿਆ ਗਿਆ, ਅੱਜ ਇਹ ਪੂਰਾ ਮਿਲ ਗਿਆ, 3 ਲੀਟਰ ਪਾਣੀ ਆ, 1.5 ਲੀਟਰ ਪਾਣੀ ਇਹ ਆ, ਅਤੇ ਇਹਨਾਂ ਦੋਨਾਂ ਨੂੰ ਆਪਾਂ ਨੇ ਮਿਕਸ ਕਰ ਲੈਣਾ। ਠੀਕ ਆ, ਅਤੇ ਨਾਲ ਹੀ ਲਿਕਡ ਟ੍ਰਾਈਕੋਡਰਮਾ ਲਓ, ਇਹ ਜਿੰਨਾ ਮਰਜ਼ੀ ਲੈ ਸਕਦੇ ਹੋ, ਘੱਟੋ ਘੱਟ 1 ਲੀਟਰ ਲੈਣਾ ਹੈਗਾ। ਅਤੇ ਜਿਹੜੀ ਇਹ ਖਾਦ ਆ ਇਹ 4 ਕੁਇੰਟਲ ਹੈ ਇਸ ਸਮੇਂ, ਅਤੇ ਆਪਾਂ ਇਹਨੂੰ ਮਿਕਸ ਕਰ ਲੈਣਾ ਹੈਗਾ। ਠੀਕ ਹੈ, ਚੰਗੇ ਤਰੀਕੇ ਦੇ ਨਾਲ ਜਿਹੜੇ ਇਹਦੇ ਵਿੱਚ ਮਟੀਰੀਅਲ ਹੈਗੇ ਆ, ਇਹਦੇ ਵਿੱਚ ਸਪੋਰ ਆ, ਇਸ ਚੀਜ਼ ਨੂੰ ਆਪਾਂ ਨੇ ਵਧਾਉਣਾ ਕਿ ਆਪਣੇ ਖੇਤ ਦੇ ਵਿੱਚ ਇਹ ਚਲੀ ਜਾਵੇ, ਇਹਦੀ ਖੁਰਾਕ ਇਹਨੂੰ ਇਹਦੀ ਖੁਰਾਕ ਇਹਦੇ 'ਚ ਮਿਲ ਜਾਣੀ ਆ। ਆਪਾਂ ਹੁਣ ਇਹਦੇ 'ਤੇ ਇਹਨੂੰ ਸਪਰੈਡ ਕਰਾਂਗੇ, 2-3 ਵਾੜਾਂ ਦੇਵਾਂਗੇ ਮਿਕਸ ਕਰਕੇ, ਇੱਦਾਂ ਹੀ ਢੇਰੀ ਬਣਾ ਕੇ ਰੱਖ ਦਿਆਂਗੇ, ਮੋਇਸਚਰ ਮੇਨਟੇਨ ਰਹੂਗਾ। ਜਦੋਂ ਲਗਾਤਾਰ ਇਹਦੇ ਵਿੱਚ 80-100 ਘੰਟੇ ਤੱਕ ਇਹ ਪਿਆ ਰਿਹਾ, 3-4 ਦਿਨਾਂ ਤੱਕ ਦਾ ਪਿਆ ਰਿਹਾ, ਤਾਂ ਆਪਣੀਆਂ ਇਹ ਕਲੋਨੀਆਂ ਇਹਦੇ ਵਿੱਚ ਕ੍ਰੀਏਟ ਕਰ ਲੂਗਾ। ਆਪਾਂ ਫਸਲ ਦੇ ਦੋਨਾਂ ਸਾਈਡਾਂ 'ਤੇ ਬਿਜਾਈ ਕਰ ਦੇਣਾ, ਨਰਮੇ ਦੀ ਫਸਲ ਆ ਤਾਂ ਉਹਦੇ ਵਿੱਚ ਕਰ ਦਿਓ, ਜਾਂ ਤੁਸੀਂ ਛੱਟਾਂ ਮਾਰ ਕੇ ਸੀਲਰਾਂ ਦੇ ਨਾਲ ਵੱਟਾਂ ਦੇ ਉੱਪਰ ਮਿੱਟੀ ਲਾ ਦਿਓ, ਤਾਂ ਕਿ ਇਹ ਚੀਜ਼ ਆ ਨਰਮੇ ਦੀਆਂ ਜੜ੍ਹਾਂ ਦੇ ਅਗਲ ਬਗਲ ਰਹੇ, ਉਹਨੂੰ ਰੂਟ ਰੋਟ ਨਾ ਆਵੇ, ਉਹਨੂੰ ਹੋਰ ਸਮੱਸਿਆਵਾਂ ਨਾ ਆਉਣ। ਬੂਟੇ ਖੜ੍ਹੇ ਖੜੋਤੇ ਸੁੱਕ ਜਾਂਦੇ ਆ ਜੀ, ਬੂਟਿਆਂ ਦੇ ਵਿੱਚ ਹਰਾ ਪਾਣੀ ਰਹਿੰਦਾ ਜੀ, ਉੱਪਰਲੇ ਟੂਸੇ ਪੀਲੇ ਰਹਿੰਦੇ ਆ, ਪਾਣੀ ਲਾਉਂਦੇ ਆ ਕਮਲ ਆ ਜਾਂਦੇ ਆ, ਆਮ ਸਮੱਸਿਆਵਾਂ ਇਹ, ਪਰ ਸਮੱਸਿਆਵਾਂ ਆਉਣ ਤੋਂ ਬਾਅਦ ਕੋਈ ਹੱਲ ਨਹੀਂ ਹੁੰਦਾ ਜੀ। ਅਤੇ ਜੇ ਨਹੀਂ ਆਉਂਦੀਆਂ ਤਾਂ ਬਿਨਾਂ ਲੋੜ ਤੋਂ ਸਮਾਨ ਪਾਉਣ ਦੇ ਨਾਲ ਵੀ ਤੁਹਾਡਾ ਖਰਚਾ ਵਧਣਾ, ਫਿਰ ਵੀ ਤੁਹਾਡਾ ਕੋਈ ਉਹਦੇ ਨਾਲ ਫਾਇਦਾ ਹੋਣ ਵਾਲਾ ਹੈ ਨਹੀਂ। ਇਹਨੂੰ ਤੁਸੀਂ ਵਰਤਣਾ ਕਿੰਨਾ, ਜੇਕਰ ਤਾਂ ਤੁਸੀਂ ਆਪਣੇ ਖੇਤ ਦੇ ਵਿੱਚ ਬਿਜਾਈ ਕਰ ਲਓਗੇ, ਦੋਨੇ ਛੱਡਾਂ 'ਤੇ ਸੀਲਰਾਂ ਦੇ ਨਾਲ ਬਿਜਾਈ ਵੀ ਹੋ ਜਾਂਦੀ ਹੈ, ਕਣਕ ਵਾਲੀ ਮਸ਼ੀਨ ਦੇ ਪੋਰ ਬੰਦ ਕਰਕੇ ਦੋਨਾਂ ਛੱਡਾਂ 'ਤੇ ਬੂਟਿੰਗ ਲਾਈਨਾਂ 'ਤੇ ਬਿਜਾਈ ਹੋ ਜਾਂਦੀ ਹੈ। ਬਿਜਾਈ ਕਰਨ ਦਾ ਟਾਈਮ ਉਹੀ ਹੈ ਵੀ ਜਦੋਂ ਨਰਮਾ 2.5 ਫੁੱਟ ਦਾ ਹੋ ਗਿਆ, ਉਦੋਂ ਪਹਿਲਾਂ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ, ਤੁਸੀਂ ਇਹਨੂੰ ਬਿਜਾਈ ਕਰ ਸਕਦੇ ਹੋ। ਪਰ ਇਹਦੇ ਨਾਲ ਕੋਈ ਵੀ ਸਲਫਰ ਨਹੀਂ ਪਾਉਣੀ, ਕੋਈ ਐਂਟੀਬੈਕਟੀਰੀਅਲ ਕੈਮੀਕਲ ਨਹੀਂ ਵਰਤਣਾ ਹੈਗਾ, ਕੋਈ ਵੀ ਤੁਸੀਂ DAP ਪੋਟਾਸ਼ ਕੋਈ ਵੀ ਕੈਮੀਕਲ ਨਾ ਵਰਤਿਓ ਤਾਂ ਜ਼ਿਆਦਾ ਚੰਗਾ। ਪਹਿਲਾਂ ਵਰਤਿਆ ਹੋਇਆ 10-15 ਦਿਨ ਕੋਈ ਗੱਲ ਨਹੀਂ, ਬਾਅਦ 10-15 ਦਿਨ ਨਹੀਂ ਵਰਤਣਾ ਹੈਗਾ ਤਾਂ ਇਹਦਾ ਰਿਜ਼ਲਟ ਜ਼ਿਆਦਾ ਮਿਲੂਗਾ ਇਸ ਕੰਮ ਦੇ ਵਿੱਚ। ਯੂਰੀਆ ਇਹਨੂੰ ਕੋਈ ਜ਼ਿਆਦਾ ਇਫੈਕਟ ਨਹੀਂ ਕਰਦਾ, ਛੱਟੇ ਨਾਲ ਪਹਿਲਾਂ ਪਾ ਸਕਦੇ ਹੋ, ਬਾਅਦ 'ਚ ਪਾ ਸਕਦੇ ਹੋ, ਕੋਈ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਦਿੰਦਾ ਹੈਗਾ। ਯੂਰੀਆ ਖੇਤ ਦੇ ਵਿੱਚ ਡੀਕੰਪੋਸਟਿੰਗ ਪਾਵਰਾਂ ਜਿਹੜੀਆਂ ਹੈਗੀਆਂ, ਮਿਨਰਲ ਜਿਹੜੇ ਡੀਕੰਪੋਜ ਹੋ ਰਹੇ ਆ, ਔਰਗੈਨਿਕ ਮੈਟਰ ਜਿਹੜਾ ਡੀਕੰਪੋਜ ਹੋ ਰਿਹਾ, ਜਿਹੜਾ ਰੋ ਔਰਗੈਨਿਕ ਮੈਟਰ ਪਿਆ ਹੈਗਾ ਆਪਣੇ ਖੇਤ ਦੇ ਵਿੱਚ, ਜੈਵਿਕ ਕਾਰਬਨ ਵਿਘਟਨ ਹੋ ਰਹੀ ਹੈ, ਉਸ ਦੇ ਵਿੱਚ ਤਾਂ ਯੂਰੀਆ ਨੇ ਮਦਦ ਹੀ ਕਰਨਾ। ਉਹਨੂੰ ਤਾਂ ਜੇ ਕੁਦਰਤ ਦੇ ਕਨੀਓਂ ਹਵਾ ਦੇ ਵਿੱਚੋਂ ਮਿਲ ਗਈ ਉੱਥੋਂ ਲੈ ਲੈਣੀ ਆ, ਆਪਾਂ ਰੇਹ ਪਾਤੀ ਉੱਥੋਂ ਲੈ ਲੈਣੀ ਆ, ਜਾਂ ਜੇ ਬਾਰਿਸ਼ ਆਉਂਦੀ ਹੈ, ਬਾਰਿਸ਼ ਦੇ ਪਾਣੀ 'ਚ ਵੀ ਉੱਪਰੋਂ ਨਾਈਟ੍ਰੋਜਨ ਘੁਲ ਕੇ ਆਉਂਦੀ ਆ, ਉੱਥੋਂ ਮਿਲ ਜਾਂਦੀ ਆ, ਤਾਂ ਫਿਰ ਉਹਦੇ ਬਾਰਿਸ਼ ਤੋਂ ਬਾਅਦ ਬੂਟਿਆਂ ਦੇ ਵਿੱਚ ਵੀ ਹਰਾ ਪਾਣਾ ਇੱਕ ਵਾਰ ਵਾਧਾ ਹੁੰਦਾ ਸਾਰਿਆਂ ਦੇ ਵਿੱਚ, ਫਸਲਾਂ ਦੇ ਵਿੱਚ ਵੀ। ਅਤੇ ਇਹਨੂੰ ਅਸੀਂ ਬ੍ਰੌਡਕਾਸਟ ਕਰ ਰਹੇ ਹਾਂ, ਮਿਕਸਿੰਗ ਕਰ ਰਹੇ ਹਾਂ, ਅਤੇ ਇਸ ਤੋਂ ਬਾਅਦ ਅਸੀਂ ਇਹਨੂੰ ਖੇਤ ਦੇ ਵਿੱਚ
ਬਜਾਈ ਕਰਾਂਗੇ। ਅਤੇ ਬਜਾਈ ਕਰਨ ਦੇ ਨਾਲ ਫਾਇਦੇ ਜਿਹੜੇ ਹੋਣੇ ਆ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਫਲ ਨਹੀਂ ਡਿੱਗੂਗਾ ਨਰਮੇ ਦਾ, ਤੁਸੀਂ ਇਹਦੀ ਮਾਤਰਾ ਕਿੰਨੀ ਦੇ ਸਕਦੇ ਹੋ। ਮਾਤਰਾ ਇਹਦੀ ਲਗਭਗ ਜੇ ਦੋਨਾਂ ਸਾਈਡਾਂ 'ਤੇ ਬਜਾਈ ਕਰ ਰਹੇ ਹਾਂ ਤਾਂ ਇੱਕ ਕੁਆਂਟਲ 'ਤੇ ਇੱਕ ਦਿੱਤੀ ਜਾ ਸਕਦੀ ਹੈ। 50 ਕਿਲੋ ਤੋਂ 1 ਕੁਆਂਟਲ ਮਲਟੀਪਲਾਈ ਕੀਤੀ ਹੋਈ ਵਰਮੀ ਕੰਪੋਸਟ, ਵੈਲ ਡੀ ਕੰਪੋਜ਼ਰ। ਇਹ ਗਰਮ ਨਹੀਂ ਹੋਣੀ ਚਾਹੀਦੀ, ਇਹ ਪੂਰੀ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਵੀ ਇਸ ਤਰ੍ਹਾਂ ਤੁਸੀਂ ਲੱਡੂ ਵੱਟੋ ਤਾਂ ਲੱਡੂ ਵੱਟਿਆ ਨਾ ਜਾਵੇ, ਇੱਦਾਂ ਖਿਲਰਦੀ ਰਹੇ ਹੋ। ਜਿੰਨੀ ਖਿਲਰੂਗੀ ਇਹਦਾ ਮਤਲਬ ਉੰਨੀ ਜ਼ਿਆਦਾ ਵਧੀਆ ਡੀਕੰਪੋਜ਼ ਹੋਈ ਹੈ। ਜੇ ਇੱਦਾਂ ਕਰੋਗੇ ਤਾਂ ਲੱਡੂ ਵੱਟਿਆ ਗਿਆ, ਜ਼ਿਆਦਾ ਮੋਇਸਚਰ ਹੋਇਆ, ਹੀਟ ਬਹੁਤ ਜ਼ਿਆਦਾ ਆ, ਤਾਂ ਬੂਟੇ ਪੀਲੇ ਕਰੂਗੀ। ਇੰਨੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਿਓ। ਕਿਸੇ ਵੀ ਫਸਲ ਦੇ ਵਿੱਚ ਵਰਤੀ ਜਾ ਸਕਦੀ ਹੈ, ਤੁਹਾਡੀ ਔਰਗੈਨਿਕ ਕਣਕ ਆ ਉਹਦੇ ਵਿੱਚ ਵਰਤੀ ਜਾ ਸਕਦੀ ਹੈ, ਹਲਦੀ ਆ, ਗੰਨਾ ਗਾ, ਕਿਸੇ ਵੀ ਫਸਲ ਦੇ ਵਿੱਚ ਵਰਤੀ ਜਾ ਸਕਦੀ ਹੈ। ਇਹਦੀ ਮਾਤਰਾ ਤੁਸੀਂ ਆਪਦੇ ਖੇਤ ਨੂੰ ਜੱਜ ਕਰਕੇ ਲੈਣੀ ਆ ਵੀ ਖੇਤ ਦੀ ਸਿਹਤ ਦਾ ਲੈਵਲ ਕਿੰਨਾ ਕੁ ਜ਼ਿਆਦਾ ਵਧੀਆ ਵਧੀਆ ਜਾਂ ਜ਼ਿਆਦਾ ਵਧੀਆ, ਤੁਹਾਡੀ ਫਸਲ ਜ਼ਿਆਦਾ ਮਲਦੀ ਹੈ ਕਿ ਜ਼ਿਆਦਾ ਮਿਹਨਤ ਕਰਾਉਂਦੀ ਹੈ। ਜੇ ਤਾਂ ਤੁਹਾਡੀ ਫਸਲ ਦੇ ਵਿੱਚ ਕਮੀਆਂ ਹੀ ਰਹਿੰਦੀਆਂ, ਵਲਦੀ ਨਹੀਂ ਹੈਗੀ, ਫੁੱਲਦੀ ਨਹੀਂ ਹੈਗੀ, ਫਲ ਡਿੱਗਦਾ, ਪਾਣੀ ਦੀ ਕਮੀ ਹੈ, ਮਿੱਟੀ ਦੇ ਵਿੱਚ ਕਰੜਾਪਣ ਜ਼ਿਆਦਾ ਆ, ਤਾਂ ਇਹਨੂੰ ਵਰਤੋ, ਵੱਧੋ ਵੱਧ ਵਰਤੋ। 4 ਰੁਪਏ ਕਿਲੋ ਮਿਲ ਜਾਂਦੀ ਹੈ ਜੀ, ਠੀਕ ਹੈ, 1 ਕੁਆਂਟਲ ਵਰਤੋਂਗੇ 400 ਰੁਪਏ ਦੀ ਆ। ਅਤੇ ਖਾਦਾਂ ਤੁਸੀਂ 1200-1200 ਵਾਲਾ ਗੱਟੇ ਪਾ ਰਹੇ ਹੋ ਜੀ, 5-5 ਕਿਲੋ ਵਾਲੀਆਂ ਥੈਲੀਆਂ 1000-1000 ਦੀਆਂ ਲਿਆ ਕੇ ਪਾ ਰਹੇ ਹੋ, ਉਹਦੇ ਨਾਲ ਕੋਈ ਜ਼ਿਆਦਾ ਵਧੀਆ ਤੁਹਾਨੂੰ ਲੌਂਗ ਟਾਈਮ ਰਿਜ਼ਲਟ ਨਹੀਂ ਮਿਲਣੇ ਹੈਗੇ। ਇੰਨੀਆਂ ਕੁ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ, ਧੰਨਵਾਦ।